ਖਾਲਸਾ ਮੇਰੋ ਰੂਪ ਹੈ ਖਾਸ। ਕਲਗੀਧਰ ਸਾਹਿਬ ਕਹਿੰਦੇ ਭਾਈ ਜਿਹੜਾ ਖਾਲਸਾ ਪੰਥ ਅਕਾਲ ਪੁਰਖ ਦੀ ਆਗਿਆ ਹੁਕਮ ਪ੍ਰਾਪਤ ਕਰਕੇ ਅਸੀਂ ਰਚਨਾ ਕੀਤੀ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਮਹਾਰਾਜ ਕਹਿੰਦੇ ਉਹ ਖਾਲਸਾ ਮੇਰਾ ਖਾਸ ਰੂਪ ਹੈ। ਤੇ ਖਾਸ ਰੂਪ ਦਾ ਕੀ ਭਾਵ ਹੈ? ਜਿਵੇਂ ਹੋਰ ਧਰਮਾਂ ਦੇ ਵਿੱਚ ਕੋਈ ਸ਼ਿਵ ਜੀ ਨੂੰ ਮੰਨਦਾ, ਕੋਈ ਕ੍ਰਿਸ਼ਨ ਜੀ ਨੂੰ ਮੰਨਦਾ, ਕੋਈ ਰਾਮ ਚੰਦਰ ਜੀ ਨੂੰ ਮੰਨਦਾ, ਉਹ ਉਹਨਾਂ ਨੂੰ ਮੰਨਦੇ ਤੇ ਹੈ ਪਰ ਉਹਨਾਂ ਦਾ ਰੂਪ ਨਹੀਂ ਹੈ ਉਹਨਾਂ ਕੋਲ। ਸ਼ਿਵ ਜੀ ਬਲਦ ਦੀ ਸਵਾਰੀ ਕਰਦਾ, ਕੋਈ ਬਲਦ ਤੇ ਨਹੀਂ ਚੜਦਾ। ਸ਼ਿਵ ਜੀ ਗਲ ਦੇ ਵਿੱਚ ਸੱਪ ਪਾ ਕੇ ਰੱਖਦਾ, ਕਿਸੇ ਨੇ ਗਲ ਦੇ ਵਿੱਚ ਸੱਪ ਨਹੀਂ ਪਾਇਆ। ਉਹਦੀਆਂ ਜਟਾਵਾਂ ਚੋਂ ਗੰਗਾ ਵਹਿੰਦੀ ਹੈ, ਕਹਿੰਦੇ ਕੌਣ ਇਹੋ ਜਿਹਾ। ਕਹਿਣ ਤੋਂ ਭਾਵ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣਾ ਰੂਪ ਨਹੀਂ ਦਿੱਤਾ, ਹੂਬ ਹੂ ਆਪਣੇ ਵਰਗਾ ਨਹੀਂ ਬਣਾਇਆ, ਉਹਨਾਂ ਨੂੰ ਚੇਲੇ ਹੀ ਬਣਾ ਕੇ ਰੱਖਿਆ ਵੀ ਤੁਸੀਂ ਮੇਰੇ ਚੇਲੇ ਹੋ, ਮੈਂ ਤੁਹਾਡਾ ਗੁਰੂ ਹਾਂ। ਪਰ ਧੰਨ ਸਾਡੇ ਦਸ਼ਮੇਸ਼ ਪਿਤਾ ਕਲਗੀਧਰ ਸਾਹਿਬ ਮਹਾਰਾਜ, ਜਿਨ੍ਹਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਲਕਿ ਆਪਣੇ ਧੀਆਂ ਪੁੱਤਰ ਬਣਾਏ, ਆਪਣਾ ਰੂਪ ਦਿੱਤਾ। ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ। ਕਲਗੀਧਰ ਸਾਹਿਬ ਬਾਣਾ ਪਾਉਂਦੇ ਸੀ, ਸਾਨੂੰ ਵੀ ਉਹਨਾਂ ਨੇ ਬਾਣਾ ਪਵਾ ਦਿੱਤਾ। ਪੰਜ ਕਕਾਰ ਪਹਿਨਦੇ ਸੀ, ਕੰਘਾ ਕੜਾ ਕੇਸਕੀ ਕਿਰਪਾਨ ਕਸ਼ਹਿਰਾ, ਸਾਨੂੰ ਵੀ ਉਹਨਾਂ ਨੇ ਉਹ ਪੰਜ ਕਕਾਰ ਪਵਾਏ। ਸਿਰ ਤੇ ਦਮਾਲਾ ਸਜਾਉਂਦੇ, ਚੱਕਰ ਤੋੜੇ, ਕਲੰਗੀਆਂ ਲਾਉਂਦੇ, ਆ ਸਾਨੂੰ ਵੀ ਉਹ ਸਭ ਕੁਛ ਬਖਸ਼ਿਸ਼ ਕਰ ਦਿੰਦਾ। ਗਾਤਰੇ ਤਲਵਾਰ ਪਾਉਂਦੇ, ਹਰ ਇੱਕ ਸਿੱਖ ਨੂੰ ਸ੍ਰੀ ਸਾਹਿਬ ਕਿਰਪਾਨ ਦੀ ਬਖਸ਼ਿਸ਼ ਕਰਦੀ। ਘੋੜੇ ਦੇ ਚੜ੍ਹਦੇ, ਘੋੜੇ ਵੀ ਦੇ ਸਾਨੂੰ ਪਾਤਸ਼ਾਹ, ਅਨੁਗਰੇ ਕਾਲੇ ਸਬਜੇ, ਉਹ ਤਾਬੜ ਤੋੜ ਜੰਗੀ ਘੋੜੇ ਬਖਸ਼ਿਸ਼ ਕਰਦੇ। ਕਹਿਣ ਤੋਂ ਭਾਵ ਐਸੀ ਵਸਤ ਜਗਤ ਮੈਂ ਨਾਹੀਂ, ਜੋ ਮੈਂ ਦਈ ਖਾਲਸੇ ਨਾਹੀਂ। ਮਹਾਰਾਜ ਕਹਿੰਦੇ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਮੈਂ ਆਪਣੇ ਖਾਲਸੇ ਪੰਥ ਨੂੰ ਨਹੀਂ ਦਿੱਤੀ। ਖਾਲਸਾ ਮੇਰੋ ਰੂਪ ਹੈ ਖਾਸ। ਜਿਵੇਂ ਆਪਾਂ ਕਹਿੰਦੇ ਨਾ ਵੀ ਇਹ ਮੇਰਾ ਖਾਸ ਬੰਦਾ ਹੈ ਬਈ, ਇਹ ਮੇਰਾ ਅੰਗ ਰੱਖਿਅਕ ਹੈ, ਮੇਰਾ ਬਾਡੀਗਾਰਡ, ਮੇਰਾ ਖਾਸ ਬੰਦਾ ਹੈ। ਇੱਦਾਂ ਕਲਗੀਧਰ ਸਾਹਿਬ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ, ਮੇਰਾ ਪੁੱਤਰ ਹੈ ਖਾਲਸਾ। ਆਪਣਾ ਸੁਨਹਿਰੀ ਪਿਛਾਕਾ ਕਲੰਗੀਆਂ ਤੋੜੇ, ਸਭ ਸਾਨੂੰ ਬਖਸ਼ਿਸ਼ ਕਰਦੇ। ਤੇ ਸਾਡੇ ਲਈ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ, ਸਾਡੀ ਦਾਦੀ ਮਾਤਾ ਮਾਤਾ ਗੁਜਰੀ ਸਾਹਿਬ, ਚਾਰੇ ਸਾਹਿਬਜ਼ਾਦੇ, ਸਾਰਾ ਪਰਿਵਾਰ ਸਾਨੂੰ ਆ ਸਰਦਾਰੀਆਂ ਤੇ ਆ ਸਿੱਖੀ ਸਰੂਪ ਦੇਣ ਵਾਸਤੇ ਮਹਾਰਾਜ ਨੇ ਕੁਰਬਾਨ ਕਰਤੇ ਸਾਡੇ ਤੋਂ। ਇੰਨਾ ਪਿਆਰ ਕਰਦੇ ਨੇ ਪਾਤਸ਼ਾਹ, ਤਾਂ ਕਰਕੇ ਕਹਿੰਦੇ ਆ ਖਾਲਸਾ ਮੇਰੋ ਰੂਪ ਹੈ ਖਾਸ। ਮਹਾਰਾਜ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ, ਮੇਰਾ ਆਪਣਾ ਖਾਲਸਾ। ਖਾਲਸੇ ਮੈਂ ਹੋਕਰ ਹੋ ਨਿਵਾਸ। ਸਾਧ ਸੰਗਤ ਜੀ, ਇਹ ਬੜੀ ਡੂੰਘੀ ਵਾਰਤਾ ਹੈ। ਜਿਵੇਂ ਦੂਜੇ ਸਤਿਗੁਰੂ ਜੋਤੀ ਜੋਤ ਸਮਾਉਂਦੇ ਸੀ ਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੱਦੀ ਦੇ ਦਿੱਤੀ ਤੇ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਸਾਹਿਬ ਵੀ ਅਲੋਪ ਹੋਏ ਨੇ ਸਰੀਰ ਦੇ ਸਮੇਤ। ਇਸੇ ਤਰ੍ਹਾਂ ਜਦੋਂ ਇੱਕ ਗੁਰੂ ਦੂਜੇ ਗੁਰੂ ਨੂੰ ਗੱਦੀ ਦਿੰਦਾ ਤੇ ਪਹਿਲਾ ਗੁਰੂ ਜੋਤੀ ਜੋਤ ਸਮਾ ਜਾਂਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜੋਤੀ ਜੋਤ ਨਹੀਂ ਸਮਾਏ। ਇਹ ਕਰਨੀ ਨਾਮੇ ਦਾ ਵੀ ਬਚਨ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਅਲੋਪ ਹੋਵਾਂਗਾ ਰਾਜ ਦੇ ਮਨ ਥਾਪੋ ਗੋਬਿੰਦ। ਕਹਿੰਦੇ ਮੈਂ ਖਾਲਸੇ ਪੰਥ ਨੂੰ ਸਾਜ ਕੇ ਨਵਾਜ ਕੇ ਸਾਰੀਆਂ ਬਖਸ਼ਿਸ਼ਾਂ ਦੇ ਕੇ ਫਿਰ ਅਲੋਪ ਹੋ ਜਾਵਾਂਗਾ, ਖਾਲਸੇ ਦੇ ਵਿੱਚ ਅਲੋਪ ਹੋਵਾਂਗਾ। ਮਹਾਰਾਜ ਦਾ ਘੋੜਾ ਇਹਨਾਂ ਘੋੜਿਆਂ ਦੇ ਵਿੱਚ ਅਲੋਪ ਹੋ ਗਿਆ। ਕਲਗੀਧਰ ਸਾਹਿਬ ਸਿੰਘਾਂ ਦੇ ਵਿੱਚ, ਗੁਰੂ ਪੰਥ ਦੇ ਵਿੱਚ ਅਲੋਪ ਹੋ, ਵਿੱਚ ਰਲ ਗਏ। ਤੇ ਜਿਹਨੂੰ ਆਪਾਂ ਕਹਿੰਦੇ ਹਾਂ ਨੈਣ ਸਮਾਨੇ ਨੈਣ ਮੈਂ, ਬੈਨ ਸਮਾਨੇ ਬੈਨ, ਸਿੰਘ ਸਮਾਨੇ ਗੁਰੂ ਮੈਂ, ਭਏ ਐਨ ਗੇ ਐਨ। ਕਿਉਂ? ਕਲਗੀਧਰ ਸਾਹਿਬ ਖਾਲਸੇ ਦੇ ਵਿੱਚ ਨਿਵਾਸ ਕਰ ਗਏ। ਖਾਲਸਾ ਮੈਂ ਹੋ ਕਰੋ ਨਿਵਾਸ,
महाराज कहिंदे मैं खालसे दे विच निवास करदा हाँ, मैं हर वेले अपने सिंघां दे अंग संग रहिंदा ते खालसे पंथ दे विच वसदा हाँ। खालसा मेरो मुख है अंग, खालसे के हों बस्त सतसंग। अंग हुंदा है जिवें अपनियां अखां ने, कोई कवे मेरे तो करोड़ रुपया लै ला, सोना लै ला, चांदी हीरे मोती लै ला, पर मैनू अपनियां अखां दे दे। केड़ा मूर्ख है जिहड़ा कवेगा मैनू सोना चांदी दे दे ते अखां लै ला मेरी। ये मुख अंग है साडे शरीर दा, अखां दे नाल ही असीं सारी दुनिया, अपना शरीर, अपने जिन्ने भी फैमिली दे मैंबर ने, माता पिता, भैन भरा, सज्जन मित्र, उन्हां सारिआं नूं अखां नाल वेखदे आ। फिर उन्हां नाल प्यार मुहब्बत हुंदी है, मेरे अपने ने, मेरे सज्जन मित्र ने। जिवें साडे शरीर दा मुख अंग साडियां अखां ने, इदां ही गुरु गोबिंद सिंह महाराज कहिंदे जिहड़ा खालसा है ना, ये मेरा मुख अंग है। खालसे के हम बस सतसंग, क्योंकि महाराज कहिंदे मैं सदा ही खालसे दे विच वसदा। फिर महाराज ने बचन करिया, कहिंदे जिथे पंज सिंह बाणी बाणे रहत मर्यादा दे धारनी पक्के, जे ओ पंज जाने कट्ठे होके अरदास करनगे कि कलगीधर साहब जी आ कृपा करो, महाराज कहिंदे उत्थे मैं आप हाजिर होवां, खुद हाजिर होवां। ये उन्हां दी बख्शिश है। महाराज कहिंदे मैं सदा ही अपने खालसे दे अंग संग रहिंदा हां। खालसा मेरो इष्ट सुहिरद, खालसा मेरो कहियत बिरद। इष्ट सुहिरद हुंदा बई जिवें के प्यारा मित्र, एक अपना बहुत प्यारा मित्र हुंदा, उदां भावें दुनिया च बहुत सज्जन मित्र हुंदे ने, पर एक मित्र हुंदा वी उहदे नाल बहुत दिल दा प्यार हुंदा। उहनूं आपां अपने दिल दीआं सारीआं गल्लां दस दिंदे आ, उहदे तों वी पुछ लैंदे आ, कोई दुख होवे सुख होवे उहदे नाल शेयर आपां सांझा करदे आ, एक दूजे नूं दसदे आ। क्यों महाराज कहिंदे खालसा मेरा इष्ट सुहिरद, मेरा प्यारा मित्र है खालसा। कलगीधर साहब कहिंदे खालसा मेरो कहियत बिरद, ते इसे तरह खालसा मेरा धर्म है, खालसा मेरा पंथ है, खालसा मेरा पूजण वाला अकाल पुरख है गुरु गोबिंद सिंह महाराज कहिंदे। कहिंदे मैं खालसे नूं अपना इष्ट मानदा हाँ। इष्ट हुंदा धर्म, जिवें अपना इष्ट कुरबान है, एक सिख सिखणी उहदा इष्ट एक अकाल पुरख दे कुरबान है, इहनूं कहिंदे इष्ट। ਤੇ ਕਲੰਗੀਧਰ ਸਾਹਿਬ ਕਹਿੰਦੇ ਖਾਲਸਾ ਮੇਰੋ ਕਹੀਅਤ ਬਿਰਦ, ਕਹਿੰਦੇ ਖਾਲਸਾ ਮੇਰੇ ਧਰਮ ਦਾ ਚਿੰਨ ਹੈ, ਮੇਰੇ ਧਰਮ ਦੀ ਨਿਸ਼ਾਨੀ ਹੈ। ਖਾਲਸਾ ਮੇਰੋ ਪਛੜੋ ਬਾਦ, ਖਾਲਸਾ ਮੇਰੋ ਸੁਖ ਅਹਿਲਾਦ। ਮਹਾਰਾਜ ਕਹਿੰਦੇ ਜਿਹੜਾ ਖਾਲਸਾ ਮੈਂ ਸਾਜਿਆ ਨਾ, ਬਾਣੀ ਬਾਣੇ ਸ਼ਸਤਰਾਂ ਨੂੰ ਲੈਸ ਕਰਕੇ ਜਿਹੜੇ ਮੈਂ ਸਿੰਘ ਬਣਾਏ ਨੇ, ਜਿਵੇਂ ਸਤਿਗੁਰੂ ਕਹਿੰਦੇ ਇੱਕ ਰੁੱਖ ਉਹਦੀਆਂ ਟਾਹਣੀਆਂ ਤੇ ਉਹਦੇ ਪੱਤੇ, ਇੱਦਾਂ ਹੀ ਮੈਂ ਰੁੱਖ ਹਾਂ, ਖਾਲਸਾ ਮੇਰੀਆਂ ਟਾਹਣੀਆਂ ਤੇ ਮੇਰੇ ਪੱਤੇ, ਮੇਰੇ ਫੁੱਲ ਤੇ ਮੇਰੇ ਫਲ, ਜਿਵੇਂ ਇੱਕ ਰੁੱਖ ਦੇ ਹੁੰਦੇ ਨੇ। ਕਿਉਂ ਮਹਾਰਾਜ ਕਹਿੰਦੇ ਖਾਲਸਾ ਮੇਰਾ ਅਟੁੱਟ ਅੰਗ ਹੈ, ਮੈਂ ਖਾਲਸੇ ਤੋਂ ਬਿਨਾਂ ਤੇ ਵੀ ਰਹਿ ਨਹੀਂ ਸਕਾਂਗਾ। ਇੰਨਾ ਸਤਿਗੁਰੂ ਕਹਿੰਦੇ ਮੈਨੂੰ ਪਿਆਰ ਹੈ ਆਪਣੇ ਖਾਲਸੇ ਦਾ। ਖਾਲਸਾ ਮੇਰੋ ਸੁੱਖ ਅਹਿਲਾਦ, ਸੁੱਖ ਤੇ ਅਹਿਲਾਦ ਹੁੰਦੀ ਹੈ ਪ੍ਰਸੰਨਤਾ, ਜਿਹੜੀ ਆਪਾਂ ਆਪਣਿਆਂ ਨੂੰ ਮਿਲ ਕੇ ਸੰਸਾਰ ਦੇ ਵਿੱਚ ਕੁਝ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਉਹਨੂੰ ਅਹਿਲਾਦ ਕਹਿੰਦੇ ਆ। ਪ੍ਰਸੰਨਤਾ ਜਿਹੜੀ ਦਿਲ ਦੇ ਵਿੱਚ ਖੁਸ਼ੀ ਆਉਣੀ ਹੈ ਉਹਨੂੰ ਪ੍ਰਸੰਨਤਾ ਕਹਿੰਦੇ। ਮਹਾਰਾਜ ਕਹਿੰਦੇ ਮੇਰਾ ਸੁੱਖ, ਮੇਰੀ ਪ੍ਰਸੰਨਤਾ, ਮੇਰੀਆਂ ਖੁਸ਼ੀਆਂ ਖੇੜੇ ਸਭ ਕੁਝ ਖਾਲਸਾ ਹੀ ਹੈ। ਇੰਨੀਆਂ ਮਿਹਰਾਂ ਸਤਿਗੁਰਾਂ ਨੇ ਖਾਲਸੇ ਤੇ ਕੀਤੀਆਂ। ਖਾਲਸਾ ਮੇਰਾ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਮਹਾਰਾਜ ਕਹਿੰਦੇ ਜਿਹੜਾ ਮੇਰਾ ਖਾਲਸਾ ਹੈ, ਮਿੱਤਰ ਸਖਾਈ, ਮਿੱਤਰ ਸਖਾਈ ਹੁੰਦਾ ਜਿਹੜਾ ਬਚਪਨ ਦਾ ਮਿੱਤਰ ਹੋਵੇ। ਇੱਕ ਦੋਸਤ ਹੁੰਦੇ ਨੇ
ਜਿਹੜੇ ਬਚਪਨ ਤੋਂ ਲੈ ਕੇ ਨਾਲ ਖੇਡੇ ਹੋਣ, ਇਕੱਠੇ ਪਲੇ ਹੋਣ, ਇਕੱਠੇ ਜਵਾਨ ਹੋਏ ਹੋਣ, ਉਹਨਾਂ ਨਾਲ ਵੀ ਇੱਕ ਲਹਿਦਾ ਪਿਆਰ ਹੁੰਦਾ। ਉਹਨੂੰ ਬਾਲ ਮਿੱਤਰ ਸਿਖਾਈ ਕਹਿੰਦੇ ਆ ਵੀ ਬਚਪਨ ਦਾ ਮਿੱਤਰ। ਅਤੇ ਇਹ ਬਚਨ ਸੱਚ ਹੈ। ਜਦੋਂ ਕਲਗੀਧਰ ਸਾਹਿਬ ਪੌਂਡਾ ਸਾਹਿਬ ਵਿਖੇ, ਪਟਨਾ ਸਾਹਿਬ ਵਿਖੇ ਅਜੇ ਬਚਪਨ ਦੇ ਵਿੱਚ ਬਾਲਕ ਅਵਸਥਾ ਦੇ ਵਿੱਚ ਸਨ, ਤਾਂ ਉਹਨਾਂ ਦੇ ਨਾਲ ਬਹੁਤੇ ਸਿੰਘ ਇਹੋ ਜਿਹੇ ਵੀ ਸੀ ਜਿਹੜੇ ਮਹਾਰਾਜ ਦੇ ਨਾਲ ਬਚਪਨ ਦੇ ਵਿੱਚ ਖੇਡਦੇ ਵੀ ਹੁੰਦੇ ਸੀ। ਤੀਰ ਕਮਾਨਾ ਗਲੇਲਾਂ ਦੇ ਨਾਲ ਖੇਡਣਾ, ਕਿਉਂ ਮਹਾਰਾਜ ਦੇ ਨਾਲ ਕੁਝ ਸਿੰਘ ਐਸੇ ਵੀ ਸੀ ਜਿਹੜੇ ਕਿ ਬਚਪਨ ਤੋਂ ਹੀ ਮਹਾਰਾਜ ਦੇ ਮਿੱਤਰ ਸਨ। ਮਹਾਰਾਜ ਕਹਿੰਦੇ ਖਾਲਸਾ ਮੇਰਾ ਸਖਾ ਮਿੱਤਰ, ਖਾਲਸਾ ਮਾਤ ਪਿਤਾ ਸੁਖਦਾਈ। ਮਹਾਰਾਜ ਕਹਿੰਦੇ ਮੇਰਾ ਪਿਤਾ ਵੀ ਖਾਲਸਾ ਗੁਰੂ ਤੇਗ ਬਹਾਦਰ ਸਾਹਿਬ, ਮੇਰੀ ਮਾਤਾ ਵੀ ਖਾਲਸਾ ਮਾਤਾ ਗੁਜਰੀ ਜੀ। ਮਹਾਰਾਜ ਕਹਿੰਦੇ ਮੇਰਾ ਸਭ ਕੁਝ ਹੀ ਖਾਲਸਾ। ਖਾਲਸਾ ਮੇਰੀ ਸੋਭਾ ਸੀਲ, ਖਾਲਸਾ ਬੰਧ ਸਖਾ ਸਦ ਡੀਲ। ਸਤਿਗੁਰੂ ਪਾਤਸ਼ਾਹ ਕਹਿੰਦੇ ਖਾਲਸਾ ਮੇਰੀ ਸੋਭਾ ਤੇ ਵਡਿਆਈ ਹੈ। ਸੀਲ ਕਹੀਏ ਇੱਕ ਅੰਤਰਾਤਮਾ ਵਿੱਚ ਸੀਲ ਸੁਭਾਅ ਹੁੰਦਾ, ਆਤਮਾ ਦੀ ਚੈਨ ਸ਼ਾਂਤੀ ਸੁੱਖ। ਮਹਾਰਾਜ ਕਹਿੰਦੇ ਖਾਲਸਾ ਮੇਰੀ ਸੋਭਾ ਹੈ। ਕਿਉਂ? ਹੁਣ ਆਪਾਂ ਕਹਿੰਦੇ ਹਾਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਜੇ ਕੋਈ ਪੁੱਛੇ ਖਾਲਸਾ ਕੌਣ ਹੈ ਬਈ, ਕਹਿੰਦੇ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬਜ਼ਾਦਾ ਖਾਲਸਾ, ਇਹ ਮਾਤਾ ਸਾਹਿਬ ਦੇਵਾਂ ਦਾ ਪੁੱਤਰ ਖਾਲਸਾ ਹੈ। ਮਹਾਰਾਜ ਕਹਿੰਦੇ ਮੇਰੀ ਸੋਭਾ ਹੁੰਦੀ ਹੈ ਜਦੋਂ ਸਿੰਘਾਂ ਦਾ ਕੋਈ ਨਾਮ ਲੈਂਦਾ, ਖਾਲਸੇ ਨੂੰ ਘੋੜੇ 'ਤੇ ਚੜ੍ਹਿਆ, ਸ਼ਸਤਰਾਂ ਨਾਲ ਲੈਸ ਗੱਤਕੇਬਾਜ਼ੀ ਸ਼ਸਤਰ ਨੇਜੇਬਾਜ਼ੀ ਕਰਦਿਆਂ ਜਦੋਂ ਕੋਈ ਵੇਖਦਾ ਮੇਰੀ ਸੋਭਾ ਕਰਦੇ ਨੇ। ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ ਹੈ। ਮਹਾਰਾਜ ਕਹਿੰਦੇ ਮੇਰੀ ਸੋਭਾ ਹੈ ਖਾਲਸਾ, ਮੇਰੀ ਵਡਿਆਈ ਹੈ ਖਾਲਸਾ। ਖਾਲਸਾ ਬੰਧ ਸਖਾ ਸਦ ਡੀਲ। ਅਤੇ ਜਿਵੇਂ ਆਪਣੇ ਸੰਬੰਧੀ ਸਕੇ ਹੁੰਦੇ ਨੇ, ਰਿਸ਼ਤੇਦਾਰੀਆਂ ਰਿਸ਼ਤੇ ਨਾਤੇ ਹੁੰਦੇ ਨੇ, ਇੱਦਾਂ ਮਹਾਰਾਜ ਕਹਿੰਦੇ ਖਾਲਸਾ ਹੀ ਮੇਰਾ ਰਿਸ਼ਤੇਦਾਰ ਹੈ, ਸਖਾ ਮੇਰਾ ਸੰਬੰਧੀ ਵੀ ਖਾਲਸਾ ਹੀ ਹੈ। ਅਤੇ ਸਦ ਡੀਲ, ਡੀਲ ਤੋਂ ਭਾਵ ਮਹਾਰਾਜ ਕਹਿੰਦੇ ਮੇਰਾ ਭਰਾ ਅਤੇ ਮੇਰਾ ਚੰਗਾ ਮਿੱਤਰ। ਅਤੇ ਇਸੇ ਤਰ੍ਹਾਂ ਦੂਸਰਾ ਸਖਾ ਸਦ ਡੀਲ ਦਾ ਇਹ ਵੀ ਭਾਵ ਹੈ ਬਈ ਮੇਰੀ ਸੋਭਾ ਅਤੇ ਵਡਿਆਈ ਨੂੰ ਵਧਾਉਣ ਵਾਲਾ, ਦੁਨੀਆਂ ਦੇ ਵਿੱਚ ਕਾਇਮ ਰੱਖਣ ਵਾਲਾ। ਤਾਂਹੀਓ ਮਹਾਰਾਜ ਨੇ ਖਾਲਸੇ ਨੂੰ ਕਿਹਾ ਨਾ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ। ਕਹਿੰਦੇ ਜਿਹੜਾ ਮੈਂ ਜਿਹੜੀ ਰਹਿਤ ਦੱਸੀ ਆ ਤੁਹਾਨੂੰ, ਜਿਹੜਾ ਉਸ ਰਹਿਤ ਦੇ ਵਿੱਚ ਪੱਕਾ ਰਹੇਗਾ, ਝੂਠ ਤੇ ਝੂਠ ਨੂੰ ਛੱਡੇਗਾ, ਸੱਚ ਤੇ ਸੁੱਚ ਨੂੰ ਧਾਰਨ ਕਰੇਗਾ, ਮਹਾਰਾਜ ਕਹਿੰਦੇ ਮੈਂ ਉਸ ਸਿੱਖ ਨੂੰ, ਉਹ ਆਪਣੇ ਧੀ ਆਪਣੇ ਪੁੱਤਰ ਨੂੰ ਮੈਂ ਬਹੁਤ ਪਿਆਰ ਕਰਦਾ। ਜਿਹੜਾ ਰਹਿਤ ਦੇ ਵਿੱਚ ਰਹਿੰਦਾ ਨਾ, ਮਹਾਰਾਜ ਕਹਿੰਦੇ ਉਹ ਸਾਹਿਬ ਉਹ ਮੇਰਾ ਸਾਹਿਬ ਹੈ, ਮੇਰਾ ਮਾਲਕ ਹੈ, ਮੈਂ ਉਸ ਦਾ ਚੇਰਾ। ਚੇਰਾ ਹੁੰਦਾ ਦਾਸ ਸੇਵਕ। ਵੇਖੋ ਐਡਾ ਸਤਿਕਾਰ ਮਹਾਰਾਜ ਬਖਸ਼ਿਸ਼ ਕਰ ਰਹੇ। ਖਾਲਸਾ ਮੇਰੀ ਜੱਤ ਅਰ ਪਤ, ਖਾਲਸਾ ਸੋ ਮਾਗੋ ਉਤਪਤ। ਇੱਕ ਹੁੰਦੀ ਆ ਜਾਤ, ਇੱਕ ਹੁੰਦੀ ਆ ਬਾਤ। ਜਾਤ ਕੀ ਹੈ? ਕੋਈ ਤਰਖਾਣ ਹੈ, ਕੋਈ ਜੁਲਾਹਾ ਹੈ, ਕੋਈ ਚਮਿਆਰ ਹੈ, ਕੋਈ ਸੁਨਿਆਰ ਹੈ, ਕੋਈ ਲੁਹਾਰ ਹੈ, ਕੋਈ ਜ਼ਿਮੀਂਦਾਰ ਹੈ, ਇਹਨੂੰ ਜਾਤ ਕਹਿੰਦੇ। ਅਤੇ ਪਾਤ ਕੀ ਹੁੰਦੀ ਹੈ? ਪਾਤ ਹੁੰਦੀ ਹੈ ਅੱਗੇ ਗੋਤ, ਜਿਵੇਂ ਮਾਨ, ਸਿੱਧੂ, ਢਿੱਲੋਂ, ਖਹਿਰਾ, ਸੰਧੂ, ਇਹ ਸਾਰੇ ਗੋਤ ਨੇ, ਇਹਨੂੰ ਪਾਤ ਕਹਿੰਦੇ। ਮਹਾਰਾਜ ਕਹਿੰਦੇ ਮੇਰੀ ਜਾਤ ਵੀ ਖਾਲਸਾ, ਮੇਰੀ ਪਾਤ ਵੀ ਖਾਲਸਾ। ਤਾਂ ਹੀ ਤੇ ਜਦੋਂ ਅੰਮ੍ਰਿਤ ਛਕਾ ਦਿੰਦੇ ਆ ਪੰਜ ਪਿਆਰੇ, ਕਹਿੰਦੇ ਭਾਈ ਅੱਜ ਤੋਂ ਤੁਹਾਡੀ ਪਿਛਲੀ ਸਾਰੀ ਜਾਤ ਪਾਤ ਖਤਮ, ਅੱਜ ਤੋਂ ਤੁਸੀਂ ਸੋਢ ਬੰਸ਼ ਖਾਲਸੇ ਬਣ ਗਏ ਹੋ। ਪਿਤਾ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਸਾਹਿਬ ਦੇਵਾਂ ਨਗਰ ਸ਼੍ਰੀ ਅਨੰਦਪੁਰ ਸਾਹਿਬ, ਤੇ ਨਾਨਕੇ ਗੁਰੂ ਕੇ ਲਾਹੌਰ। ਇੱਦਾਂ ਅੰਮ੍ਰਿਤ ਛਕਾ ਕੇ ਪੂਰਾ ਡਾਟਾ ਹੀ ਬਦਲ ਦਿੰਦੇ ਨੇ। ਤਾਂ ਕਰਕੇ ਮਹਾਰਾਜ ਕਹਿੰਦੇ ਖਾਲਸਾ ਮੇਰੀ ਜਾਤ ਹੈ, ਖਾਲਸਾ ਮੇਰੀ ਪਾਤ ਹੈ। ਖਾਲਸਾ ਸੋ ਮਾਗੋ ਉਤਪਤ। ਤੇ ਮਹਾਰਾਜ ਕਹਿੰਦੇ ਖਾਲਸੇ ਕਰਕੇ ਹੀ ਮੇਰੀ ਉਤਪਤੀ ਹੋਈ ਹੈ, ਕਿਉਂਕਿ ਮਹਾਰਾਜ ਤਾਂ ਹੇਮਕੁੰਟ ਦੇ ਪਰਬਤ ਤੇ ਤਪੱਸਿਆ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ।
तपस्या करदियां नूं उन्हां नूं अकाल पुरख ने उठाया हेमकुंट साहब दे पर्वत तो। क्यों कहिंदे भई मैं गुरु नानक साहब बन के राज करेगा खालसा दा एक मिशन चलाया दुनिया दे, ते ओ मिशन मैं तुहाडे तो पूरा करवाऊंगा। दसवीं जगह ते तुहानू गुरु गोबिंद सिंह बना के मैं अपनी जोत तुहाडे विच रखनी है, तुहाडे तो जंग युद्ध करवाने ने ते खालसे पंथ की रचना करवानी है। आए हेमकुंट के पर्वत तो गुरु गोबिंद सिंह महाराज नूं अकाल पुरख ने ठाया, ते फिर कहा तुसी गुरु तेग बहादुर साहब के घरे जाके माता गुजरी की अमृत कुख तो जन्म लो, ते फिर गुरु गोबिंद सिंह बन के खालसे पंथ की रचना करो। इउं महाराज कहिंदे भाई मैं तो ना हेमकुंट के पर्वत से बैठा भगती कर रहा सी, पर खालसे पंथ करके मैनू दुनिया के विच आना पिया, इन्हां सिंघां करके मैनू कलंगी धर गुरु गोबिंद सिंह महाराज की पदवी मिली। ये गुरु गोबिंद सिंह महाराज कह रहे कहिंदे खालसा सो मा को उत्पत्त। महाराज कहिंदे मैनू सिंह साहब बनाउण वाला ये खालसा ही है। खालसा मेरो भवन भंडार, खालसा कर मेरो सत्कार। महाराज कहिंदे जिहड़ा खालसा पंथ है ये मेरा भवन है। भवन हुंदा जिवें असीं अपनियां कोठियां अपने घर बनाउने आ, रूम सजाउने आ, उहनूं भवन कहिंदे आ। महाराज कहिंदे खालसा मेरा भवन है, मेरा किला है खालसा। भंडार भंडार कहिंदे खजाने नूं, ते वाकई सच खालसा खजाना। सारा कुछ सिंघां ने बख्शिश करे, दौलत तो लै के शोहरत तो लै के अकले कले शस्त्र तो लै के ये सब कुछ इन्हां सिंघां ने बख्शिश करे। वाकई खालसा एक भंडारा है। खालसा नमाणिया ते नताणिया नूं पालदा है, ते एक दूजे नाल वंड के छकदा, भावें वह माया होवे, भावें वह कोई पदार्थ होवे, भावें कोई दुनिया की माण वड्याई पदवी होवे, खालसा सब नाल रल मिल के भोगदा है। ये महाराज के खालसे की महिमा। तां करके महाराज कहिंदे मेरा खालसा भंडारा है, सब कुछ है मेरे खालसे कोल। खालसा कर मेरो सत्कार। महाराज कहिंदे आ जिहड़ा मेरा इन्ना सत्कार हुंदा ना, सारे मैनू दशमेश पिता अमृत के दादे सरबंस दानी लाडलियां फौजां दे मालक किन्ने रुतबे दिंदे आ महाराज, किन्ना कुछ कहिंदे ने बादशाह दरवेश शाहे शहनशाह। महाराज कहिंदे मैनू इन्ना वड्डा जिहड़ा सत्कार मिलिया ना ये खालसे करके मिलिया। खालसा कर मेरो सदका। महाराज कहिंदे खालसे करके ही मैनू इतना वड्डा आदर मिलिया, इतना वड्डा माण मिलिया खालसे पंथ नू साजण दा। खालसा मेरो सज्जन परिवार, खालसा मेरो करत उदार। देखो किन्ने मेहरबान ने साडे दशमेश पिता जी, सब कुछ उन्होंने आप करिया, पर क्रैडिट जिहड़ा खालसे नू दे रहे कहिंदे सब कुछ खालसे ने कीता। खालसा मेरो सज्जन परिवार। महाराज कहिंदे मेरा परिवार है ये, जिन्ने भी अमृतधारी सिख सिखणियां ये मेरे धीआं पुत्तर ने। महाराज कहिंदे मेरा परिवार है, मेरी फैमिली है। सारे वर्ल्ड दे विच किते भी कोई अमृतधारी सिख सिखणी माई भाई बच्चा बुढ़ा कोई भी है, गुरु गोबिंद सिंह महाराज कहिंदे मेरा परिवार है। क्यों जिहड़ा अपना परिवार सी महाराज दा उह ते उन्होंने साडे लई शहीद करवा दिता। गुरु तेग बहादुर साहब दिल्ली च शहीद होए, वह भी इस हिंदुस्तान की राखी करदे आ। साडी दादी माता छोटे साहबजादे नाल परिवार विछोड़ा पै गया, वह भी गुरु मारी सरहंद ठंडे बुरज दे विच शहीद हो गए। वड्डे साहबजादे चमकौड़ की गढ़ी च जंग च शहीद होए, छोटे साहबजादियां नूं कंधां च चिणदा सरहंद विखे। जिहड़ा महाराज का अपना परिवार सी साडे लई कुरबान करदा बादशाह, ते फिर सानू अपना परिवार बनाया। कहिंदे जदों महाराज सारियां जंगां लड़के
ਤਲਵੰਡੀ ਸਾਬੋ ਦਾਸ ਦੇ ਇਲਾਕੇ ਬਠਿੰਡੇ ਜ਼ਿਲ੍ਹੇ 'ਚ ਚਲੇ ਗਏ ਮਹਾਰਾਜ। ਉੱਥੇ ਬੈਠ ਕੇ ਪਹਿਲਾਂ ਤਾਂ 9 ਮਹੀਨੇ 9 ਦਿਨਾਂ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦੀ ਰਚਨਾ ਕੀਤੀ। ਫਿਰ ਬਠਿੰਡੇ ਦੇ ਕਿਲ੍ਹੇ 'ਚ ਇੱਕ ਦਿਓ ਸੀਗਾ, ਉਹਨੂੰ ਕੱਢਿਆ ਉੱਥੋਂ ਰਾਕਸ਼ ਨੂੰ। ਤੇ ਫਿਰ ਜਦੋਂ ਦਾ ਪਰਿਵਾਰ ਵਿਛੋੜਾ ਪਿਆ ਸੀ ਨਾ, ਉਦੋਂ ਤੋਂ ਲੈ ਕੇ ਮਾਤਾ ਸਾਹਿਬ ਦੇਵਾ ਤੇ ਮਾਤਾ ਸੁੰਦਰੀ ਦਿੱਲੀ ਸੀਗੀਆਂ ਭਾਈ ਮਨੀ ਸਿੰਘ ਦੇ ਨਾਲ। ਜਦੋਂ ਪਤਾ ਲੱਗਿਆ ਉਹਨਾਂ ਨੂੰ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵੰਡੀ ਸਾਬੋ ਬਠਿੰਡੇ 'ਚ ਬੈਠੇ ਨੇ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਹੈ, ਤਾਂ ਫਿਰ ਮਾਤਾ ਜੀ ਦਰਸ਼ਨ ਕਰਨ ਵਾਸਤੇ ਆਏ ਗੁਰੂ ਗੋਬਿੰਦ ਸਿੰਘ ਜੀ ਦੇ। ਸਾਰੀ ਸੰਗਤ ਬੈਠੀ ਆ, ਮਾਤਾ ਜੀ ਮਾਤਾ ਸਾਹਿਬ ਦੇਵਾ ਤੇ ਮਾਤਾ ਸੁੰਦਰੀ ਜੀ ਨੇ ਵੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਿਆ, ਚਰਨ ਬਰਸ਼ੇ, ਫਤਿਹ ਬੁਲਾਈ, ਤੇ ਮਹਾਰਾਜ ਨੇ ਵੀ ਉਹਨਾਂ ਨੂੰ ਬੜਾ ਪਿਆਰ ਦਿੱਤਾ। ਫਿਰ ਮਾਤਾ ਜੀ ਪੁੱਛਣ ਲੱਗੇ, ਕਹਿੰਦੇ ਮਹਾਰਾਜ ਸਾਰੇ ਸਿੰਘ ਬੈਠੇ ਨੇ, ਆਪਣੇ ਸਾਹਿਬਜ਼ਾਦੇ ਕਿੱਥੇ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ, ਕਹਿੰਦੇ ਸਾਹਿਬ ਦੇਵਾ ਜੀ ਇਨ ਪੁੱਤਰਨ ਕੇ ਸੀਸ ਪਰ ਬਾਰ ਦਏ ਸੁੱਤ ਚਾਰ। ਮਹਾਰਾਜ ਕਹਿੰਦੇ ਆਹ ਜਿਹੜੇ ਬੈਠੇ ਆ ਤੁਹਾਡੇ ਪੁੱਤਰ ਨਹੀਂ ਹਨ, ਇਹਨਾਂ ਪੁੱਤਰਾਂ ਨੂੰ ਮੈਂ ਆਜ਼ਾਦ ਕਰਾਉਣ ਵਾਸਤੇ, ਇਹਨਾਂ ਪੁੱਤਰਾਂ ਨੂੰ ਮੈਂ ਰਾਜ ਬਖਸ਼ਣ ਵਾਸਤੇ ਤੇ ਇਹਨਾਂ ਪੁੱਤਰਾਂ ਨੂੰ ਮੈਂ ਸਰਦਾਰੀਆਂ ਦੇਣ ਵਾਸਤੇ ਉਹ ਚਾਰ ਪੁੱਤਰ ਇਹਨਾਂ ਦੇ ਉੱਪਰੋਂ ਵਾਰ ਦਿੱਤੇ ਨੇ, ਸ਼ਹੀਦ ਕਰ ਦਿੱਤੇ ਨੇ। ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਮਹਾਰਾਜ ਕਹਿੰਦੇ ਜੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਆਹ ਹਜ਼ਾਰਾਂ ਸਾਹਿਬਜ਼ਾਦੇ ਤੇਰੇ ਹੀ ਨੇ, ਇਹ ਤੈਨੂੰ ਮਾਤਾ ਕਿਆ ਕਰਨਗੇ? ਸਾਹਿਬ ਦੇਵਾਂ ਇਹ ਤੁਹਾਨੂੰ ਆਪਣੀ ਮਾਂ ਮੰਨਿਆ ਕਰਨਗੇ। ਇਉਂ ਵਰਦਾਨ ਦਿੱਤਾ ਮਹਾਰਾਜ। ਤਾਂ ਕਰਕੇ ਇੱਥੇ ਸਤਿਗੁਰੂ ਕਹਿ ਰਹੇ ਆ ਖਾਲਸਾ ਮੇਰੋ ਸੱਜਣ ਪਰਿਵਾਰ। ਮਹਾਰਾਜ ਕਹਿੰਦੇ ਖਾਲਸਾ ਮੇਰਾ ਸੱਜਣ ਹੈ, ਮੇਰਾ ਪਰਿਵਾਰ ਹੈ, ਖਾਲਸਾ ਮੇਰੋ ਕਰਤ ਉਧਾਰ। ਤੇ ਸਤਿਗੁਰੂ ਕਹਿੰਦੇ ਖਾਲਸੇ ਕਰਕੇ ਹੀ ਮੇਰਾ ਉਧਾਰ, ਕਹੀਏ ਮੇਰੇ ਇਸ ਜੀਵਨ ਦੀ ਸਫਲਤਾ ਇਹ। ਖਾਲਸਾ ਮੇਰੋ ਪਿੰਡ ਪੁਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਇੱਕ ਹੁੰਦਾ ਪਿੰਡ, ਇੱਕ ਹੁੰਦੇ ਆ ਪੁਰਾਣ। ਸਾਡਾ ਸਰੀਰ ਹੈ ਜਿਹੜਾ ਦੋ ਚੀਜ਼ਾਂ ਦਾ ਮੇਲ ਹੈ। ਪਿੰਡ ਤਾਂ ਕਹਿੰਦੇ ਆ ਇਸ ਬਾਡੀ ਨੂੰ, ਸਰੀਰ ਨੂੰ, ਤੇ ਪੁਰਾਣ ਕਹਿੰਦੇ ਆ ਜਿਹੜੇ ਇਹਦੇ 'ਚ ਸਾਹ ਚੱਲਦੇ ਨੇ, ਉਹ ਸਾਹਾਂ ਕਰਕੇ ਹੀ ਇਹ ਸਰੀਰ ਜਿੰਦਾ ਹੈ। ਮਹਾਰਾਜ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ। ਮਹਾਰਾਜ ਕਹਿੰਦੇ ਮੇਰਾ ਸਰੀਰ ਵੀ ਖਾਲਸਾ ਹੈ, ਮੇਰੇ ਸਰੀਰ ਵਿੱਚ ਜਿਹੜੇ ਸਾਹ ਚੱਲਦੇ ਨੇ ਇਹ ਵੀ ਖਾਲਸੇ ਦੀ ਕਿਰਪਾ ਨਾਲ ਚੱਲਦੇ ਨੇ। ਖਾਲਸਾ ਮੇਰੀ ਜਾਨ ਕੀ ਜਾਨ। ਤੇ ਜਿਵੇਂ ਆਪਣਾ ਕੋਈ ਪਿਆਰਾ ਹੋਵੇ ਬਹੁਤਾ ਹੀ, ਆਪਾਂ ਕਹਿੰਦੇ ਹਾਂ ਨਾ ਇਹ ਤਾਂ ਮੇਰੀ ਜਾਨ ਹੈ, ਇਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸਾ ਮੇਰੀ ਜਾਨ ਹੈ, ਮੇਰੀ ਜਾਨ ਕੀ ਜਾਨ। ਇੰਨਾ ਸਤਿਕਾਰ ਦਿੱਤਾ ਕਲਗੀਧਰ ਸਾਹਿਬ ਨੇ। ਮਾਨ ਮਹਤ ਮੇਰੋ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਕਹੀ। ਇੱਥੇ ਸ਼ਬਦ ਦੀ ਸੰਪੂਰਨਤਾ ਹੋਈ ਹੈ। ਇਹ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਮਹਿਮਾ ਦਾ ਸਰਬਲੋ ਮਹਾਰਾਜ ਦੀ ਬਾਣੀ 'ਚ ਲਿਖਿਆ, ਉਹ ਇੱਥੇ ਪੂਰਾ ਹੋ ਰਿਹਾ। ਮਾਨ ਮਹਤ ਮੇਰੋ ਖਾਲਸਾ ਸਹੀ। ਮਹਾਰਾਜ ਕਹਿੰਦੇ ਜਿਹੜਾ ਖਾਲਸਾ ਹੈ ਇਹ ਮੇਰਾ ਮਾਣ ਹੈ, ਮੇਰਾ ਮਹੱਤਵ ਹੈ। ਤੇ ਇਸੇ ਤਰ੍ਹਾਂ ਮਾਣ ਮਹੱਤ ਮੇਰੋ ਖਾਲਸਾ ਸਹੀ, ਕਹਿੰਦੇ ਮੇਰਾ ਆਦਰ, ਮੇਰਾ ਮਹੱਤਵ ਤੇ ਮੇਰਾ ਮਾਣ ਸਤਿਕਾਰ ਮੇਰਾ ਖਾਲਸਾ ਹੈ। ਖਾਲਸਾ ਮੇਰੋ ਸਵਾਰਥ ਕਹੀ। ਮਹਾਰਾਜ ਕਹਿੰਦੇ ਖਾਲਸਾ ਮੇਰਾ ਸਵਾਰਥ ਹੈ, ਮੈਂ ਹੇਮਕੁੰਟ ਦਾ ਪਰਬਤ ਛੱਡ ਕੇ ਕੇਵਲ ਤੇ ਕੇਵਲ ਸਿਰਫ ਖਾਲਸੇ ਵਾਸਤੇ ਆਇਆ ਹਾਂ। ਖਾਲਸਾ ਪੰਥ ਨੂੰ ਰਚਨਾ ਕਰਨੀ ਸੀ, ਖਾਲਸੇ ਦੀ ਸਾਜਣਾ ਕਰਨੀ ਸੀ। ਮਹਾਰਾਜ ਕਹਿੰਦੇ ਮੇਰਾ ਸਵਾਰਥ ਹੈ ਖਾਲਸਾ, ਕੇਵਲ ਤੇ ਕੇਵਲ ਮੈਂ ਖਾਲਸੇ ਲਈ ਆਇਆ ਹਾਂ ਦੁਨੀਆਂ ਦੇ ਉੱਪਰ। ਹੇਮਕੁੰਟ ਦਾ ਪਰਬਤ ਛੱਡ ਕੇ ਮੈਂ ਖਾਲਸੇ ਦੀ ਚੜ੍ਹਦੀ ਕਲਾ ਕਰਨ ਵਾਸਤੇ ਆਇਆ ਹਾਂ। ਖਾਲਸਾ ਮੇਰੋ ਕਰੈ ਨਿਰਵਾਹ, ਖਾਲਸਾ ਮੇਰੋ ਦੇ ਅਰਸਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਅਕਾਲ ਪੁਰਖ ਦੇ ਹੁਕਮ 'ਚ ਰਹਿ ਕੇ ਆਪਣਾ ਜੀਵਨ ਗੁਜ਼ਾਰੇਗਾ। ਤੇ ਇਹ ਜ਼ਰੂਰੀ ਹੈ ਕੋਈ ਅੰਮ੍ਰਿਤਧਾਰੀ ਮਾਈ ਭਾਈ ਹੋਵੇ, ਉਹਨੇ ਭਾਈ
महाराज की मर्यादा ते महाराज के हुक्म च रह के जिंदगी गुजारनी है। भावें खुशियां होण भावें दुख होवे पर महाराज की आग्या ते महाराज के भाणे च रहना, बाणी पढ़नी है। खालसा मेरो देह अरसा ये द्वारे रिपीट किया महाराज, कहते मेरी देह मेरे साह मेरी जिंद जान सब कुछ मेरा खालसा। खालसा मेरो धर्म रो कर्म खालसा मेरो भेद निज मर्म, महाराज कहते खालसा मेरा धर्म है। धर्म की गुरु गोबिंद सिंह महाराज ने आप अमृत छकिया पंजा प्यारियां, पहला पंजा प्यारियां नू अमृत छकाया, फिर महाराज कहते हुण मैनू अमृत छकाओ। वह हैरान हो गए, कहते महाराज कमाल है, तुसी तां सानू अमृत छकाया हुण तुसी कहने मैनू छकाओ। महाराज कहते नहीं खालसा जी, ये अकाल पुरख का धर्म है, ये मेरा धर्म नहीं है भी ये गुरु गोबिंद सिंह जी ने बना दिता। महाराज कहते एक ओंकार वाहिगुरु परमेशर अकाल पुरख का धर्म है, तो मैनू भी गोबिंद राय तो गोबिंद सिंह बनाओ। आ जिहड़ा कौर ते सिंह शब्द है ये केवल तो केवल अमृतधारियों अलाउड है, उन्होंने नाम न लगता है, बाकी तो एवें लाई फिर। पर सिंह ते कौर शब्द ये अमृत छकन वालों के नाम न लगता है। इस करके महाराज कहते मेरा धर्म कर्म खालसा है, खालसा मेरो भेद निज मर्म, ते खालसा ही मेरा सारा भेद जानता है, मेरा मर्म मेरी गुप्त रमज रहस सारे वो खालसा जानता है। खालसा मेरो सतगुर पूरा खालसा मेरो सज्जन सूरा, महाराज कहते खालसा तो मेरा सतगुरु है, क्यों? क्योंकि पंजा प्यारियां तो महाराज ने अमृत लिया। फिर महाराज कहते अज खालसा भी गुरु बन गया। सात संगत जी आम करके दस पातशाहियां ही कहते हैं, पर जिहड़ियां पातशाहियां ने वह बारह पातशाहियां। सारे कोलों महाराज की बाणी च लिखे है भी दसवें पातशाह गुरु गोबिंद सिंह ते उन्होंने खालसा साजिया, ग्यारहवीं पातशाही खालसा पंथ ते बारहवीं पातशाही गुरु ग्रंथ साहिब महाराज। तां करके महाराज कहिंदे खालसा मेरो सतगुर पूरा, मेरा पूरा सतगुरु है खालसा। खालसा मेरो सज्जन सूरा, महाराज कहिंदे मेरा निजी अंग रखक योधा एक कमांडर खालसा बनाया है। खालसा सूरमा है, योधा है, गऊ गरीबां दी रक्षा करदा है। संसार दे विच धी भैण दी इज्जत पत्याबरों तो लैके गऊ गरीब की रक्षा तक हर किसी का साथ देवेगा, उन्हां दी रक्षा करेगा। महाराज कहिंदे सूरमा खालसा है। खालसा मेरो बुद्ध रो ज्ञान खालसे काहो धरो ध्यान, महाराज कहिंदे जिहड़ी मेरे अंदर बुद्धि है जिहड़ा मेरे अंदर ज्ञान है वह भी खालसे दे करके मैनू मिलिया। तो मैं जिवें ध्यान धरदे आपां गुरु जी का परमेश्वर का, महाराज कहिंदे मैं खालसे का ध्यान धरदा। हुकम खालसा जात न गही जे वाहे कबार नहीं लही, महाराज कहिंदे जिहड़ी खालसे की उपमा है ना महिमा वडियाई है वह कही नहीं जाती, कोई कह नहीं सकता खालसे की इन्नी वड्डी महिमा है वडियाई है, क्योंकि जिहवा एक पार नह लई। महाराज कहिंदे मेरी जुबान एक है ते पर महिमा बहुत वड्डी है खालसे, तां करके कही नहीं जाती मेरे तो, इतनी वड्डी महिमा है। महाराज कहिंदे उपम खालसा जात न कही, कोई नहीं जिहड़ा खालसे की पूरी महिमा वर्णन कर दे, पर कोई खालसा बन जावे, क्योंकि खालसा केवल एक कलोन का नाम खालसा नहीं है, जा एक वर्दी का नाम खालसा नहीं है, बल्कि अंदर आत्मे तो लैके दस गुण धारण करने हैं। खिमा अहिंसा दया मृद सत वचन तप दान सील सौच तृष्णा बिना धर्म लिंग दस जान। पहली खिमा किसी नू माफ भी करनी, अहिंसा किसी का हक नहीं खाना लुट मार नहीं करनी, दया किसी ते तरस भी करना दिलों किसी की मजबूरी समझनी है, खिमा अहिंसा दया मृद ते कोमल सुभा रखना, यह नहीं भी हर वेले चिड़चिड़ा ते सड़िया हर वेले गुस्से च रहना, महाराज कहिंदे मेरा खालसे का सुभा बिल्कुल प्यार इतफाक दे नाल मुहब्बत दे नाल सब दे विच विचरना। खिमा अहिंसा दया मृद सत वचन ते कोई भी वचन करना सच्चा वचन करना, झूठ नहीं बोलना कदे,
ਤੇ ਇਸੇ ਤਰ੍ਹਾਂ ਜੇ ਕੋਈ ਸਿਆਣਾ ਬੰਦਾ ਵਜਨ ਕਵੇ ਤੇ ਉਹਨੂੰ ਸੱਤ ਵਜਨ ਜੀ ਸੱਤ ਵਜਨ ਕਹਿ ਕੇ ਮੰਗੋ। ਫਿਰ ਤਪ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਰਤਨ ਕਥਾ ਨਾਮ ਬਾਣੀ ਮਹਾਰਾਜ ਦੀ ਸੋਭਾ ਗਾਉਣੀ ਹੈ ਤੇ ਦਾਨ ਜਿੰਨਾ ਕੁ ਹੋ ਸਕੇ ਕਿਸੇ ਨੂੰ ਲੀੜਾ ਕੱਪੜਾ ਵਸਤਰ ਅੰਨ ਜੋ ਵੀ ਕੋਈ ਦੇ ਸਕਦੇ ਆ ਉਹ ਆਪਣੀ ਖੁਸ਼ੀ ਦੇ ਨਾਲ ਪਿਆਰ ਦੇ ਨਾਲ ਦੂਸਰਿਆਂ ਨੂੰ ਦੇਣਾ ਇਹਨੂੰ ਦਾਨ ਕਹਿੰਦੇ ਨੇ। ਖਿਮਾ ਅਹਿੰਸਾ ਦਇਆ ਅੰਮ੍ਰਿਤ ਸਤ ਵਜਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ ਇਹ ਖਾਲਸੇ ਬਣਨ ਦੀਆਂ ਨਿਸ਼ਾਨੀਆਂ ਨੇ। ਸੀਲ ਕਹੀਏ ਨਿੱਘਾ ਸੁਭਾਅ ਰੱਖਣਾ ਪਿਆਰਾ, ਸੌਚ ਕਹੀਏ ਸੁੱਚੇ ਪਵਿੱਤਰ ਬਣ ਕੇ ਰਹਿਣਾ ਤੇ ਇਹਦੇ ਵੀ ਐਵੇਂ ਦਲਿੱਦਰ ਜਿਹਾ ਪਾਈ ਰੱਖਣਾ ਹਰ ਵੇਲੇ ਤਿਆਰ ਪਰ ਤਿਆਰ ਦਾਤਨ ਬੁਰਸ਼ ਕੁਰਲਾ ਕਰਕੇ ਪੂਰੀ ਕਿਰਿਆ ਕੰਘਾ ਕਰਕੇ ਦਮਾਲਾ ਸਜਾ ਕੇ ਫਿਰ ਮਹਾਰਾਜ ਦਾ ਨਿਤਨੇਮ ਕਰ ਲਓ। ਸੀਲ ਸੌਚ ਸੌਚ ਕਹਿੰਦੇ ਪਵਿੱਤਰ ਤਿਆਰ ਪਰ ਤਿਆਰ ਰਹਿਣਾ ਤੇ ਤ੍ਰਿਸ਼ਨਾ ਬਿਨਾਂ ਕਿਸੇ ਚੀਜ਼ ਦੀ ਖਿੱਚ ਨਹੀਂ ਰੱਖਣੀ ਵੀ ਉਹ ਮੈਨੂੰ ਮਿਲ ਜੇ ਆਹ ਮਿਲ ਜੇ ਤੇ ਜਿਹੜਾ ਕੁਛ ਮਿਲ ਗਿਆ ਉਹਦੇ ਵਿੱਚ ਖੁਸ਼ੀ ਰੱਖਣ। ਜੋ ਸਤਿਗੁਰੂ ਜੀ ਨੇ ਦੇ ਦਿੱਤਾ ਉਹਨੂੰ ਜਾਣਨਾ ਵੀ ਮੇਰੀ ਔਕਾਤ ਤੋਂ ਵੱਧ ਮਿਲ ਗਿਆ ਬਹੁਤ ਮਿਲ ਗਿਆ। ਦੂਸਰੇ ਦੀਆਂ ਵਸਤੂਆਂ ਵੇਖ ਕੇ ਉਹਨਾਂ ਦੀ ਖਿੱਚ ਨਹੀਂ ਕਰਨੀ ਇਹ ਵੀ ਇੱਕ ਖਾਲਸੇ ਦੀ ਨਿਸ਼ਾਨੀ ਹੈ। ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ ਜਿਹਦੇ 'ਚ ਇਹ ਦਸ ਗੁਣ ਨੇ ਮਹਾਰਾਜ ਕਹਿੰਦੇ ਉਹ ਮੇਰਾ ਖਾਲਸਾ ਹੈ ਤੇ ਦਸ ਔਗਣ ਜਿਹੜੇ ਆਪਾਂ ਤਿਆਗਣੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਇਹ ਨੇ। ਛੇਵਾਂ ਹੈਗਾ ਚੁਗਲੀ, ਸੱਤਵਾਂ ਹੈਗਾ ਨਿੰਦਿਆ, ਅੱਠਵਾਂ ਹੈਗਾ ਤੀਰਖਾ, ਨੌਵਾਂ ਹੈਗਾ ਸੂਨਦਾਈ ਤੇ ਦਸਵਾਂ ਹੈਗਾ ਕਿਰਪਣਦਾਈ। ਦੂਜੇ ਦੀ ਸੋਭਾ ਵੇਖ ਕੇ ਸੜ ਜਾਣਾ, ਦੂਸਰਿਆਂ ਦੀ ਨਿੰਦਿਆ ਚੁਗਲੀ ਕਰਨੀ, ਪੰਜ ਵਿਕਾਰ ਜਿਹੜੇ ਕਾਮ ਕ੍ਰੋਧ ਆਦਿਕ ਇਹਨਾਂ ਨੂੰ ਦੂਰ ਕਰਨਾ। ਜਿਹੜਾ ਇਹਨਾਂ ਨੂੰ ਦੂਰ ਕਰਕੇ ਆਤਮ ਪਦਵੀ ਤੇ ਪਹੁੰਚ ਜਾਂਦਾ ਉਹ ਭਾਈ ਸਹੀ ਅਰਥਾਂ ਦੇ ਵਿੱਚ ਖਾਲਸਾ ਕਹਾਉਂਦਾ ਹੈ। ਇਹ ਸਰਬਲੋ ਮਹਾਰਾਜ ਲਿਖਿਆ ਹੋਇਆ, ਤਾਂ ਕਰਕੇ ਮਹਾਰਾਜ ਕਹਿੰਦੇ ਖਾਲਸਾ ਪਦਵੀ ਤੇ ਬਹੁਤ ਵੱਡੀ ਆ, ਕਈ ਜਨਮਾਂ ਦੇ ਵਿੱਚ ਜਾ ਕੇ ਇਹ ਪ੍ਰਾਪਤ ਹੁੰਦੀ ਹੈ, ਤਾਂ ਕਰਕੇ ਮਹਾਰਾਜ ਕਹਿੰਦੇ ਖਾਲਸੇ ਦੀ ਸੋਭਾ ਨਹੀਂ ਕਹੀ ਜਾ ਸਕਦੀ। ਸੇਸ ਰਸਨ ਸਾਰਸ ਸੀ ਬੁੱਧ, ਸ਼ੇਸ਼ ਨਾਗ ਵਾਂਗ ਹਜ਼ਾਰ ਜੀਭਾ ਹੋਵੇ ਤੇ ਸਰਸਵਤੀ ਦੇਵੀ ਵਰਗੀ ਬੁੱਧੀ ਹੋਵੇ, ਤਦਪਨਾ ਉਪਮਾ ਵਰਨਤ ਸੁੱਧ, ਤਾਂ ਵੀ ਮਹਾਰਾਜ ਕਹਿੰਦੇ ਖਾਲਸੇ ਦੀ ਕੋਈ ਮਹਿਮਾ ਨਹੀਂ ਕਹਿ ਸਕਦਾ। ਇੱਥੇ ਸ਼ਬਦ ਪੂਰਾ ਹੋਇਆ ਹੈ। ਜਾ ਮੈਂ ਰੰਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਮਹਾਰਾਜ ਕਹਿੰਦੇ ਇਹਨਾਂ ਬਚਨਾਂ ਦੇ ਵਿੱਚ ਮੈਂ ਇੱਕ ਰੰਚਕ ਵੀ ਮਿਥਿਆ ਝੂਠ ਨਹੀਂ ਕਿਹਾ ਹੈ। ਪਾਰ ਬ੍ਰਹਮ ਗੁਰੂ ਨਾਨਕ ਸਾਖੀ ਤੇ ਜਿਹੜੇ ਪਾਰਾ ਵਾਰ ਤੋਂ ਰਹਿਤ ਬ੍ਰਹਮ ਗੁਰੂ ਨਾਨਕ ਦੇਵ ਸਾਹਿਬ ਜੀ ਸਾਖੀ ਕਹੀਏ ਉਹ ਗਵਾਹ ਨੇ। ਜਿਵੇਂ ਆਪਾਂ ਕਹਿੰਦੇ ਨੇ ਨਾ ਮੈਨੂੰ ਸਹੁੰ ਲੱਗੇ ਮੈਂ ਝੂਠ ਨਹੀਂ ਬੋਲਿਆ, ਇਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਜਿੰਨੇ ਵੀ ਬਚਨ ਮੈਂ ਖਾਲਸੇ ਦੀ ਸੋਭਾ 'ਚ ਕਹੇ ਨੇ ਇਹਦੇ ਵਿੱਚ ਇੱਕ ਕਿਣਕਾ ਵੀ ਝੂਠ ਨਹੀਂ ਕਿਹਾ। ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਮਹਾਰਾਜ ਕਹਿੰਦੇ ਪਾਰ ਬ੍ਰਹਮ ਦਾ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਗਵਾਹ ਨੇ ਇਸ ਬਚਨ ਦੇ। ਤੇ ਰੋਮ ਰੋਮ ਰਸਨਾ ਜੋ ਪਾਵੋ ਤਦਪਨਾ ਖਾਲਸ ਜਸੈ ਤਰਾਵੋ। ਮਹਾਰਾਜ ਕਹਿੰਦੇ ਜੇ ਮੇਰੇ ਇੱਕ ਇੱਕ ਰੋਮ ਦੇ ਵਿੱਚ ਵੀ ਰਸਨਾ ਲੱਗ ਜਾਵੇ ਤਾਂ ਵੀ ਮੈਂ ਖਾਲਸੇ ਦਾ ਜਸ ਮਹਿਮਾ ਤੇ ਵਡਿਆਈ ਵਰਣਨ ਨਹੀਂ ਕਰ ਸਕਦਾ। ਹਾਂ ਖਾਲਸੇ ਕੋ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇ ਰੋ। ਮਹਾਰਾਜ ਕਹਿੰਦੇ ਮੈਂ ਖਾਲਸੇ ਦਾ ਖਾਲਸਾ ਮੇਰਾ। ਐਂਡ ਤੇ ਜਾ ਕੇ ਅਖੀਰ ਤੇ ਜਾ ਕੇ ਸ਼ਬਦ ਦਾ ਮਹਾਰਾਜ ਨੇ ਭੋਗ ਪਾਇਆ ਹੈ। ਕਹਿੰਦੇ ਹਾਂ ਖਾਲਸੇ ਕਹੋ ਮੈਂ ਖਾਲਸੇ ਦਾ ਹਾਂ ਖਾਲਸਾ ਮੇਰਾ। ਵਾਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਨੇ, ਅਸੀਂ ਉਹਨਾਂ ਦੇ ਧੀਆਂ ਪੁੱਤਰ, ਮਾਂ ਪਿਓ ਤੋਂ ਵੱਧ ਕੋਈ ਰਿਸ਼ਤਾ ਨਹੀਂ ਹੁੰਦਾ। ਇਹ ਰਿਸ਼ਤਾ ਬਣਾਇਆ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਮਹਾਰਾਜ ਕਹਿੰਦੇ ਖਾਲਸਾ ਮੇਰਾ ਹੈ ਮੈਂ ਖਾਲਸੇ ਦਾ ਹਾਂ। ਕਿਵੇਂ? ਪੋਤ ਪੋਤ ਸਾਗਰ ਬੂੰਦੇ ਰੋ, ਜਿਵੇਂ ਪਾਣੀ ਦੀ ਬੂੰਦ ਸਾਗਰ ਦੇ ਵਿੱਚ ਡਿੱਗ ਪਵੇ ਸਮੁੰਦਰ ਦੇ ਵਿੱਚ ਤੇ ਫਿਰ ਉਹ ਬੂੰਦ ਨਹੀਂ ਰਹਿੰਦੀ, ਸਾਗਰ ਬਣ ਜਾਂਦਾ, ਸਾਗਰ ਦੇ ਵਿੱਚ ਹੀ ਮਿਲ ਜਾਂਦੀ। ਇਉਂ ਮਹਾਰਾਜ ਕਹਿੰਦੇ ਮੈਂ ਖਾਲਸੇ ਦੇ ਵਿੱਚ ਮਿਲ ਗਿਆ, ਖਾਲਸਾ ਮੇਰੇ ਵਿੱਚ ਮਿਲ ਗਿਆ। ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਪਰਮਾਤਮ ਕੋ ਮੌਜ, ਰਹਾਓ ਦਸਕ ਇੱਕ। ਇੱਥੇ ਸ਼ਬਦ ਸੰਪੂਰਨ ਹੋਇਆ ਹੈ।
खालसा काल पुरख की फौज। गुरु गोबिंद सिंह महाराज ने कहा, यह नहीं क्या मेरी फौज है खालसा। महाराज कहते नहीं, खालसा अकाल पुरख की फौज, जेडे अकाल पुरख के हुक्म विच सूरज चंद्रमा करोड़ा ब्रह्मांड चल रहे ने, वो अकाल पुरख की फौज है खालसा। वाहिगुरु परमेश्वर ने यह आर्मी मेरे को तैयार करवाई खालसा, यह अकाल पुरख की फौज है। यह किसी की सिफारस से नहीं बनी, प्रगटियो परमात्मा को मौज। महाराज कहते अकाल पुरख परमात्मा की मौज, उन्हां दी आग्या दे विच खालसे की रचना हुई है। ते अज खालसा दुनिया के तख्ते ते बाणी बाणे शस्त्रां नाल लैस होके घोड़ियां ते चढ़ के नगारे निशाना की दाबिया च सारे वर्ल्ड दे विच अकाल पुरख की सिक्खी का प्रचार कर रहा है। अमृत छकारिया है, बाणी बाणे का प्रचार कर रहा है। महाराज कहते ये अकाल पुरख की मौज है, उन्हां दी मन की खुशी है। अपने आप नूं कहा, मैं हूं परम पुरख को दासा, देखन आयो जगत तमासा। महाराज कहते मैं अकाल पुरख का दास हाँ, खालसा अकाल पुरख का फौजी है। इन्ना वड्डा माण साडे पिता दशमेश पिता गुरु गोबिंद सिंह साहब जी ने सानू बख्शिश किया है। ये दुनिया के तख्ते ते कोई भी खालसे पंथ की बराबरी नहीं कर सकता। पहली गल तो किसी नूं अमृत नहीं मिल सकता, क्यों? जेडे अमृत नूं बड़े बड़े राजे महाराजे देवी देवते खोज रहे ने, सुर नर मन जन अमृत खोज दे सो अमृत पुरते पाया। वो अमृत सानू गुरु गोबिंद सिंह जी ने बख्शिश कर दिता, ते हुण असी अमर हो गए हाँ। हुण सानू मौत नहीं मारेगी, क्योंकि अमृत पीवै अमर सो होए, ये सुखमनी साहब च लिखिया होया। कहिंदे जिन्हें अमृत छक लिया वो अमर हो गया, वो मरदा नहीं जन्मदा नहीं दुबारे, अकाल पुरख परमेश्वर विच मिल जाता है। सतगुरु जी कृपा करो, जितना चिर सारे वर्ल्ड ते खालसा राज नहीं हुंदा, उतना चिर सानू बाणी बाणे शस्त्रां नाल लैस करके ते बुढ़े दल दे विच ही रखियो। असी महाराज सारे वर्ल्ड ते खालसे दा राज वेखना चाहुंदे, ते जितना चिर सारे विश्व ते खालसे दा राज नहीं हुंदा, उतने जन्म सानू ये बाणी बाणे दे विच ही रखियो। शस्त्रां घोड़ियां नाल लैस करके असी जंग युद्ध भी लड़ीए, असी खालसे की चढ़ती कला लई जूझिए। आप जी ने कृपा करनी।